ਹਫ਼ਤੇ ਆਪਾਂ ਦੇਖੀਏ ਤਾਂ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜੇ ਗਏ ਹੋਣ, ਐਸੀ ਸ਼ਖਸੀਅਤ ਦੀ ਦੇਹ ਨੂੰ ਸੰਸਕਾਰ ਨਾ ਹੋਣ ਦੇਣਾ, ਇਹ ਬੜੀ ਛੋਟੀ ਮਾਨਸਿਕਤਾ ਦਾ ਉਹਨਾਂ ਨੇ ਸਬੂਤ ਦਿੱਤਾ ਉੱਥੇ ਵਾਸੀਆਂ ਨੇ, ਅਤੇ ਇਹਦਾ ਬੜਾ ਦੁੱਖ ਹੋਇਆ ਸਾਰੇ ਰਾਗੀ ਸਿੰਘਾਂ ਨੂੰ। ਇਹਦੇ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ। ਵਿਜੀ ਸਭਾ ਦੇ ਵਿੱਚ ਸਾਰੇ ਹੀ ਤਕਰੀਬਨ ਰਾਗੀ ਸਿੰਘ ਸਾਰੇ ਨੇ, ਔਰ ਦੂਜੀ ਢਾਡੀ ਸਭਾ, ਔਰ ਪ੍ਰਚਾਰਕ ਸਿੰਘਾਂ ਨੇ ਵੀ ਫੇਸਬੁੱਕ 'ਤੇ ਪਾਇਆ ਹੀ ਆ ਵੀ ਆਪਾਂ ਇਹ ਸਾਰੇ ਫੈਸਲੇ ਦੇ ਨਾਲ ਹਾਂ, ਅਤੇ ਕੋਈ ਵੀ ਉੱਥੇ ਮਤਲਬ ਸਮਾਗਮ ਦੇ ਵਿੱਚ ਸ਼ਿਰਕਤ ਨਹੀਂ ਕਰੇਗਾ ਜੀ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਸੀ, ਉਸ ਨੂੰ ਵੇਖਦੇ ਹੋਏ ਨਾਰਾਜ਼ ਹੋਏ ਹਜ਼ੂਰੀ ਰਾਗੀ ਜਥੇ ਨੇ ਐਲਾਨ ਕੀਤਾ ਹੈ ਕਿ ਉਹ ਕਦੇ ਵੀ ਵੇਰਕਾ ਵਿੱਚ ਕੀਰਤਨ ਨਹੀਂ ਕਰਨਗੇ। ਜ਼ਿਕਰੇ ਖਾਸ ਹੈ ਕਿ ਵੇਰਕਾ ਦੇ ਕੁਝ ਲੋਕਾਂ ਦੇ ਵੱਲੋਂ ਭਾਈ ਨਿਰਮਲ ਸਿੰਘ ਜੀ ਦੇ ਦੇਹਾਂਤ ਨੂੰ ਲੈ ਕੇ ਵਿਵਾਦ ਕੀਤਾ ਗਿਆ ਸੀ। ਉੱਥੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਨੇ ਕਿਹਾ ਕਿ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਤੋਂ ਬਾਅਦ ਸਮੁੱਚੇ ਸਿੱਖ ਪੰਥ ਦੇ ਵਿੱਚ ਸੋਗ ਦੀ ਲਹਿਰ ਹੈ। ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਵੇਰਕਾ ਪਿੰਡ ਦੇ ਵਿੱਚ ਵਿਰੋਧ ਹੋਇਆ ਸੀ ਅਤੇ ਇਸੇ ਦੇ ਚਲਦਿਆਂ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਵੇਰਕੇ ਦਾ ਬਾਈਕਾਟ, ਆਪਾਂ ਇਹ ਤਾਂ ਇਹ ਲਫਜ਼ ਗਲਤ ਹੋਏਗਾ ਮੇਰੇ ਹਿਸਾਬ ਨਾਲ, ਵੇਖੋ ਉਸ ਮਾਨਸਿਕਤਾ ਦਾ ਬਾਈਕਾਟ ਅਸੀਂ ਕੀਤਾ ਵਾ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਇੱਕ ਅਜ਼ੀਮ ਰਾਗੀ ਸ਼ਖਸੀਅਤ ਜਿਨ੍ਹਾਂ ਨੇ 40-45 ਸਾਲ ਗੁਰੂ ਰਾਮਦਾਸ ਜੀ ਦੇ ਦਰ 'ਤੇ ਕੀਰਤਨ ਕੀਤਾ ਹੋਵੇ, ਲੋਕਾਂ ਦਾ ਭਲਾ ਮੰਗਿਆ ਹੋਵੇ, ਅਤੇ ਉਹ ਸ਼ਖਸੀਅਤ ਪੰਥ ਦੀ ਸਿਰਮੋਰ ਸ਼ਖਸੀਅਤ ਵੀ ਹੋਵੇ, ਸਰਕਾਰ ਦੇ ਤੌਰ 'ਤੇ ਆਪਾਂ ਦੇਖੀਏ ਤਾਂ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜੇ ਗਏ ਹੋਣ, ਐਸੀ ਸ਼ਖਸੀਅਤ ਦੀ ਦੇਹ ਨੂੰ ਸੰਸਕਾਰ ਨਾ ਹੋਣ ਦੇਣਾ, ਇਹ ਬੜੀ ਛੋਟੀ ਮਾਨਸਿਕਤਾ ਦਾ ਉਹਨਾਂ ਨੇ ਸਬੂਤ ਦਿੱਤਾ ਉੱਥੇ ਵਾਸੀਆਂ ਨੇ, ਅਤੇ ਇਹਦਾ ਬੜਾ ਦੁੱਖ ਹੋਇਆ ਸਾਰੇ ਰਾਗੀ ਸਿੰਘਾਂ ਨੂੰ। ਇਹਦੇ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਉਸ ਪਿੰਡ ਵਾਸਤੇ। ਅਗਰ ਪਿੰਡ ਵਾਸੀ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਮੰਗਦੇ ਹੈ ਤਾਂ ਕੀ ਇਹ ਫੈਸਲਾ ਬਦਲ ਸਕਦਾ? ਇਹ ਤਾਂ ਵੀਰ ਜੀ, ਤਖ਼ਤ ਦਾ ਹੁਕਮ ਤਾਂ ਸਿਰਮੋਹਰ ਹੈ ਜੀ ਸਾਰਿਆਂ ਨਾਲੋਂ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ। ਜਦੋਂ ਉਹ ਤਖ਼ਤ 'ਤੇ ਆਪਣਾ ਸਪਸ਼ਟੀਕਰਨ ਦੇਣ, ਫਿਰ ਜਥੇਦਾਰ ਜੀ ਨੇ ਸਾਨੂੰ ਵੀ ਤਾਂ ਬੁਲਾਉਣਾ ਹੀ ਆ, ਕਿਉਂਕਿ ਉਹ ਸਾਰੀ ਪਰਿਸਥਿਤੀ ਉਹਨਾਂ ਨੇ ਦੇਖੀ ਹੈ ਔਰ ਉਹਨਾਂ ਨੇ ਬਿਆਨ ਵੀ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਜੀ ਨੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੇ ਬਿਆਨ ਦਿੱਤਾ ਇਸ ਮਸਲੇ ਦੇ ਵਿੱਚ, ਉਹਨਾਂ ਨੇ ਦੇਖਿਆ ਸਾਰਾ ਕੁਝ, ਅਤੇ ਜਦੋਂ ਇਹ ਪਹੁੰਚਣਗੇ ਤਾਂ ਜੋ ਤਖ਼ਤ ਦਾ ਹੁਕਮ ਹੋਵੇਗਾ, ਜਥੇਦਾਰ ਸਾਹਿਬ ਜੋ ਕਹਿਣਗੇ ਬਿਲਕੁਲ ਅਸੀਂ ਮੰਨਾਂਗੇ ਜੀ। ਤੁਹਾਡੇ ਵੱਲੋਂ ਇਕੱਲੇ ਵੱਲੋਂ ਕੀਤਾ ਜਾ ਰਿਹਾ ਕਿ ਦੂਜੇ ਹੋਰ ਸਭਾ ਵਾਲਿਆਂ ਵੱਲੋਂ ਕੀਤਾ ਜਾ ਰਿਹਾ? ਵੀਰ ਜੀ, ਸਭਾ ਦੇ ਵਿੱਚ ਸਾਰੇ ਹੀ ਤਕਰੀਬਨ ਰਾਗੀ ਸਿੰਘ ਸਾਰੇ ਨੇ, ਔਰ ਦੂਜੀ ਢਾਡੀ ਸਭਾ, ਔਰ ਪ੍ਰਚਾਰਕ ਸਿੰਘਾਂ ਨੇ ਵੀ ਫੇਸਬੁੱਕ 'ਤੇ ਪਾਇਆ ਹੀ ਆ ਵੀ ਆਪਾਂ ਇਹ ਸਾਰੇ ਫੈਸਲੇ ਦੇ ਨਾਲ ਹਾਂ, ਅਤੇ ਕੋਈ ਵੀ ਉੱਥੇ ਮਤਲਬ ਸਮਾਗਮ ਦੇ ਵਿੱਚ ਸ਼ਿਰਕਤ ਨਹੀਂ ਕਰੇਗਾ ਜੀ। ਕੌਂਸਲਰ ਵੱਲੋਂ ਤੁਹਾਡੇ 'ਤੇ ਬਲੇਮਿੰਗ ਕੀਤੀ ਜਾ ਰਹੀ, ਕਹਿ ਰਹੇ ਕਿ ਅਸੀਂ ਤਾਂ ਰਾਤੀ 12 ਵਜੇ ਤੱਕ ਭਾਈ ਸਾਹਿਬ ਦੇ ਸਿਰਾਂ ਲਾ ਕੇ ਬੈਠੇ ਰਹੇ, ਰਾਗੀ ਸਿੰਘ ਨਹੀਂ ਪਹੁੰਚ ਪਾਏ। ਦੇਖੋ ਵੀਰ ਜੀ, ਇਹਦਾ ਤਾਂ ਕੌਂਸਲਰ ਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ, ਕਿਉਂਕਿ ਉਹ ਤਾਂ ਕੌਂਸਲਰ ਆ, ਮੈਂ ਤਾਂ ਰਾਗੀ ਸਿੰਘ ਹੈ ਨਾ ਜੀ। ਕੌਂਸਲਰ ਹੋਣ ਦੇ ਨਾਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਰਫਿਊ ਲੱਗਾ, ਕਿਸੇ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਉਹ ਬੋਡੀ ਜੇ ਸਾਨੂੰ ਪ੍ਰਸ਼ਾਸਨ ਦੇਣਾ ਚਾਹੁੰਦਾ ਤਾਂ ਜਦੋਂ ਕਿਸੇ ਵੀ ਨੁਮਾਇੰਦੇ ਨੂੰ, ਧਾਰਮਿਕ ਨੁਮਾਇੰਦੇ ਨੂੰ ਕਹਿ ਸਕਦਾ ਸੀਗਾ ਵੀ ਇਹਨਾਂ ਦੀ ਬੋਡੀ ਲੈ ਜਾਓ ਜਾਂ 2 ਘੰਟੇ ਦੇ ਅੰਦਰ ਸੰਸਕਾਰ ਕਰ ਦਿਓ, ਅਤੇ ਇਹ ਗੱਲ ਤਾਂ ਬੜੀ ਬੇਮਾਇਨੀ ਔਰ ਬੇਤੁਕੀ ਉਹਨਾਂ ਦੀ। ਕੌਂਸਲਰ ਹੋਣ ਦੇ ਨਾਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲਾਅ ਐਂਡ ਆਰਡਰ ਸਾਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਆਪਾਂ ਉੱਥੇ ਨਹੀਂ ਪਹੁੰਚ ਸਕਦੇ ਸਾਰੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਬਹੁਤ ਸਾਰੀਆਂ ਜਗ੍ਹਾਵਾਂ ਸੀ, ਉੱਥੇ ਕਿਉਂ ਨਹੀਂ ਕੀਤਾ? ਸ਼ਹੀਦਾਂ ਸਾਹਿਬ ਜਗ੍ਹਾ ਸੀ, ਉੱਥੇ ਕਿਉਂ ਨਹੀਂ ਕੀਤਾ? ਦੁਰਗਿਆਨਾ ਮੰਦਰ ਸੀ, ਉੱਥੇ ਕਿਉਂ ਨਹੀਂ ਕੀਤਾ? ਦੇਖੋ, ਸ਼੍ਰੋਮਣੀ ਕਮੇਟੀ 'ਤੇ ਤਾਂ ਬਿਨਾਂ ਗੱਲ ਤੋਂ ਉਂਗਲ ਚੁੱਕਣੀ ਅਤੇ ਆਪਣੀ ਨਲਾਇਕੀ ਨੂੰ ਛੁਪਾਉਣ ਵਾਲੀ ਗੱਲ ਹੈ ਉਹਨਾਂ ਦੀ। ਸ਼੍ਰੋਮਣੀ ਕਮੇਟੀ ਨੂੰ ਦੱਸਿਆ ਗਿਆ ਵੀ ਇਸ ਸਮੇਂ ਭਾਈ ਸਾਹਿਬ ਦੀ ਡੈਥ ਹੋ ਗਈ, ਬਸ ਤੁਸੀਂ ਬੋਡੀ ਲੈ ਜਾਓ। ਜਦੋਂ ਇਸ ਵਾਇਰਸ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਰੱਬ ਨਾ ਕਰੇ ਕਿਸੇ ਨੂੰ ਵੀ ਹੋਵੇ, ਜਦੋਂ ਇਹਦੇ ਨਾਲ ਕਿਸੇ ਦੀ ਡੈਥ ਹੁੰਦੀ ਹੈ, ਉਹ ਸਾਰੀ ਦੇਖ ਰੇਖ ਪ੍ਰਸ਼ਾਸਨ ਆਪ ਹੀ ਕਰਦਾ ਅਤੇ ਸੰਸਕਾਰ ਤੱਕ, ਅਤੇ ਇਹ ਕੌਂਸਲਰ ਜੀ ਨੂੰ ਪਤਾ ਹੀ ਹੈ। ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਤਾਂ ਕਰਕੇ ਨਾ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਫਿਰ ਵੀ ਪਹੁੰਚੇ ਨੇ, ਫਿਰ ਵੀ ਉੱਥੇ ਅੰਤ ਵੇਲੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਪਹੁੰਚ ਗਏ ਸਨ, ਅਤੇ ਰਾਗੀ ਸਿੰਘ ਜੇ ਪਹੁੰਚਣ ਲੱਗਦੇ ਤਾਂ ਰਾਗੀ ਸਿੰਘਾਂ ਦੀ ਜਮਾਤ ਬਹੁਤ ਵੱਡੀ ਹੈ, ਅਤੇ ਪ੍ਰਸ਼ਾਸਨ ਨੇ ਇਹਦੀ ਇਜਾਜ਼ਤ ਨਹੀਂ ਸੀ ਦੇਣੀ, ਇਸ ਕਰਕੇ ਰਾਗੀ ਸਿੰਘ ਪਹੁੰਚ ਨਹੀਂ ਸਕੇ ਉੱਥੇ। ਅਤੇ ਜਦੋਂ ਭਾਈ ਸਾਹਿਬ ਦਾ ਸੰਸਕਾਰ ਉਹ ਬੋਡੀ ਲੈ ਕੇ ਗਏ ਨੇ, ਕਿਸ ਬੰਦੇ ਨੂੰ ਉਹਨਾਂ ਦੇ ਲਾਗੇ ਲੱਗਣ ਦਿੱਤਾ ਜਾਣਾ ਸੀਗਾ? ਤੁਸੀਂ ਆਪ ਦੱਸੋ ਵੀਰ ਜੀ, ਇਹ ਗੱਲ ਉਹਨਾਂ ਦੀ ਬਿਲਕੁਲ ਬੇਤੁਕੀ ਔਰ ਬੇਮਾਨੀ ਹੈ ਜੀ। ਆਪਣੇ ਗੁਨਾਹ ਲੁਕਾਉਣ ਵਾਸਤੇ ਕਰ ਰਹੇ? ਬਿਲਕੁਲ ਜੀ, ਸਾਫ਼ ਗੱਲ ਹੈ, ਉਹ ਤਾਂ
ਬਿਲਕੁਲ ਸਾਰੀ ਸੰਗਤ ਦੱਸ ਹੀ ਰਹੀ ਉਹਨਾਂ ਨੂੰ ਨਾਲ ਨਾਲ ਜੋ ਕੁਝ ਉਹ ਕਰ ਰਹੇ ਨੇ, ਜੋ ਕੁਝ ਉਹਨਾਂ ਨੇ ਕੀਤਾ ਉਹਦਾ ਜਵਾਬ ਹੁਣ ਗੁਰੂ ਘਰ ਦੇ ਜਿਹੜੇ ਜਿੰਨੇ ਪ੍ਰੇਮੀ ਨੇ, ਜਿਹੜੇ ਕੀਰਤਨ ਕੀਰਤਨੀਆਂ ਨੂੰ ਪਿਆਰ ਕਰਦੇ ਨੇ, ਗੁਰੂ ਕੇ ਸ਼ਬਦ ਨੂੰ ਪਿਆਰ ਕਰਦੇ ਨੇ, ਉਹ ਦੇ ਰਹੇ ਨੇ ਉਹਨਾਂ ਦੇ ਜਵਾਬ ਆਪਾਂ ਜੋ ਜੋ ਸਾਡੀ ਮਤ ਅਨੁਸਾਰ, ਕਿਉਂਕਿ ਸਾਡਾ ਉਹ ਪਿਤਾਮਾ ਵਰਗਾ ਇੱਕ ਗੁਰਮਤਿ ਸੰਗੀਤ ਦਾ ਪਿਤਾਮਾ ਮੰਨਿਆ ਜਾਂਦਾ ਉਹਨਾਂ ਨੂੰ, ਇਸ ਕਰਕੇ ਅਸੀਂ ਫੈਸਲਾ ਲਿਆ, ਬਾਕੀ ਜਵਾਬ ਤਾਂ ਸਾਰੇ ਸੰਗਤ ਨੇ ਦੇਣੇ, ਉਹ ਦੇ ਹੀ ਰਹੀ ਹੈ ਜੀ। ਸਿੰਘ ਸਾਹਿਬ, ਜਿਹੜਾ ਭਾਈ ਨਿਰਮਲ ਸਿੰਘ ਜੀ ਸਾਨੂੰ ਸਰੀਰਕ ਮਛੋੜਾ ਦੇ ਕੇ ਗਏ ਨੇ, ਲੇਕਿਨ ਉਹਨਾਂ ਦੇ ਨਾਲ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਸੀਗਾ ਵੇਰਕੇ ਵਿੱਚ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਵਿਵਾਦ ਨੂੰ? ਉਸ ਵਿਵਾਦ ਨੂੰ ਤਾਂ ਮੈਂ ਕਹਿੰਦਾ ਵੀ ਉਹ ਜਾਇਜ਼ ਹੈਗਾ ਜੀ, ਕਿਉਂਕਿ ਕੋਈ ਵੀ ਪ੍ਰਾਣੀ ਜਦੋਂ ਦੁਨੀਆ ਤੋਂ ਚਲਾ ਗਿਆ ਤਾਂ ਉਹਦੇ ਸਰੀਰ ਦੇ ਨਾਲ ਅੰਤਮ ਸਮੇਂ 'ਤੇ ਇਹੋ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ। ਉਹ ਤਾਂ ਇੱਕ ਗੁਰੂ ਰਾਮਦਾਸ ਦਾ ਕੀਰਤਨੀਆ ਸੀ, ਕੀ ਕੱਲ੍ਹ ਨੂੰ ਉੱਥੇ ਕੋਈ ਹੋਰ ਇੱਦਾਂ ਦਾ ਕੇਸ ਆ ਜਾਂਦਾ ਅਸੀਂ ਉਹਨੂੰ ਇੱਦਾਂ ਕਰਾਂਗੇ ਜੀ? ਅੱਜ ਇੱਕ ਫੈਸਲਾ ਦਿੱਤਾ ਗਿਆ ਜੀ ਰਾਗੀ ਸਭਾ ਵੱਲੋਂ, ਜਿਹਨੇ ਵੀ ਹਰਿਮੰਦਰ ਸਾਹਿਬ ਦੇ ਰਾਗੀ ਨੇ, ਤੁਸੀਂ ਵੀ ਲੰਮਾ ਸਮਾਂ ਜਿਹੜਾ ਆ ਉੱਥੇ ਕੱਢਿਆ ਆ, ਔਰ ਕੀ ਜਿਹੜਾ ਉਹਨਾਂ ਨੇ ਫੈਸਲਾ ਲਿੱਤਾ ਠੀਕ ਸਮਝਦੇ ਹੋ ਕਿ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਵੇਰਕੇ ਵਿੱਚ ਕੋਈ ਵੀ ਜਿਹੜਾ ਕੀਰਤਨ ਨਹੀਂ ਕੀਤਾ ਜਾਏਗਾ? ਹੁਣ ਰਾਗੀ ਸਿੰਘ ਨੇ ਜੋ ਫੈਸਲਾ ਲੈ ਲਿਆ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਉਹ ਬਿਲਕੁਲ ਠੀਕ ਹੈਗਾ। ਉਹਦੇ ਨਾਲ ਇੰਨੇ ਕੁ ਬਚਨ ਜ਼ਰੂਰ ਮੈਂ ਆਪਣੇ ਜੋੜਨਾ ਚਾਹਾਂਗਾ ਵੀ ਹੁਣ ਇੰਨੀ ਜਨਤਾ ਉੱਥੇ ਬੈਠੀ ਹੈ, ਗਲਤੀ ਕੀਤੀ 10-20 ਬੰਦਿਆਂ ਨੇ, 50 ਬੰਦਿਆਂ ਨੇ, ਬਾਕੀਆਂ ਨੇ ਤਾਂ ਕੋਈ ਕਸੂਰ ਨਹੀਂ, ਖੁਸ਼ੀ ਗਮੀ ਸਭ ਨੂੰ ਆਉਣੀ ਹੈ। ਅਗਰ ਉਹ ਬਾਕੀ ਜਨਤਾ ਹੋਣੇ ਉਹਦੇ ਵਾਸਤੇ ਇੱਕੋ ਹੀ ਹੱਲ ਹੈ, ਰਾਗੀ ਸਿੰਘਾਂ ਦੀ ਗੱਲ ਨੂੰ ਮੈਂ ਕੱਟ ਨਹੀਂ ਸਕਦਾ, ਮੈਂ ਉਹਨਾਂ ਨਾਲ 100% ਸਹਿਮਤ ਹਾਂ। ਬਾਕੀ ਜਨਤਾ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ, ਕੋਈ ਤੁਹਾਨੂੰ ਮੁਸ਼ਕਲ ਆਉਂਦੀ ਹੈ ਤਾਂ ਹੁਣ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਸੰਪਰਕ ਕਰੋ, ਉਹ ਜਿਵੇਂ ਫੈਸਲਾ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਏਗਾ। ਲੇਕਿਨ ਵੇਰਕੇ ਦੇ ਜਿਹੜੇ ਕੌਂਸਲਰ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਜੇ ਬਾਈਕਾਟ ਕੀਤਾ ਗਿਆ ਵਾ ਰਾਗੀ ਸਿੰਘਾਂ ਵੱਲੋਂ, ਜਿੱਦਣ ਸੰਸਕਾਰ ਕੀਤਾ ਗਿਆ ਉੱਥੇ ਕੋਈ ਨਹੀਂ ਪਹੁੰਚ ਸਕਿਆ, ਉਹ ਤੁਹਾਡੇ 'ਤੇ ਐਲੀਗੇਸ਼ਨ ਕਰ ਰਹੇ ਨੇ ਕਿ ਤੁਸੀਂ ਕਿਉਂ ਨਹੀਂ ਲੋਕ ਉੱਥੇ ਪਹੁੰਚ ਸਕੇ, ਡਰਦੇ ਸੀਗੇ ਕਰੋਨਾ ਵਾਇਰਸ ਕਰਕੇ? ਇਹਦੇ ਵਿੱਚ ਡਰ ਨੂੰ ਸਿਆਸੀ ਗੱਲਾਂ 'ਤੇ ਜੋ ਮਰਜ਼ੀ ਬਣਾ ਲਓ, ਸਹੀ ਮੈਨੇ ਜੇ ਸਾਨੂੰ ਤੁਹਾਨੂੰ ਸੰਸਕਾਰ ਵੇਲੇ ਵੀ ਪਤਾ ਨਹੀਂ ਲੱਗਾ, ਉਦੋਂ ਕਿਸੇ ਸੱਜਣ ਨੇ ਫੋਨ ਕੀਤਾ ਵੀ ਇਸ ਵਕਤ ਰਾਤ ਨੂੰ 8:30 ਹੁੰਦਾ ਸੰਸਕਾਰ ਹੋ ਰਿਹਾ, ਕਿਉਂਕਿ ਕਿਸੇ ਨੂੰ ਜਾਣ ਨਹੀਂ ਸੀ ਦੇ ਰਹੇ। ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਐਡਗੰਤੀ ਭਾਈ ਮਲਕੀਅਤ ਸਿੰਘ ਜੋ ਮੈਨੂੰ ਨਾਂ ਮੀਡੀਆ 'ਤੇ ਸੁਣਿਆ, ਉਹਨਾਂ ਨੂੰ ਵੀ ਪੂਰੀ ਯੂਨੀਫਾਰਮ ਜਿਹੜੀ ਕਰੋਨਾ ਤੋਂ ਬਚਾਅ ਅਤੇ ਉਹ ਕਰਕੇ ਉਹਨਾਂ ਨੂੰ ਲੱਗ ਕੇ ਜਾਣ ਦਿੱਤਾ। ਬਾਕੀ ਸਾਡੇ 3 ਸਕੱਤਰ ਮੇਰੇ ਖਿਆਲ ਜਹੇਦਰ ਸਾਹਿਬ ਦੇ ਕੋਈ ਨਿੱਜੀ ਸੇਵਾਦਾਰ ਵੀ ਉੱਥੇ ਸਨ, ਉਹਨਾਂ ਨੂੰ ਕਹਿੰਦੇ ਵੀ ਕਾਫੀ ਦੂਰ ਤੱਕ ਖੜਾ ਕੀਤਾ ਰਹੇ, ਇਸ ਕਰਕੇ ਉਹ ਟਾਈਮ ਨਾ ਸਹੀ ਹੋਣ ਕਰਕੇ ਵੀ ਉਹਨਾਂ ਦੀ ਦੇਹ ਨੂੰ ਇੱਧਰ ਦੇ ਲੈ ਕੇ ਤੁਰੇ ਫਿਰੇ, ਅਤੇ ਜੇ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਲੋਕ ਫਿਰ ਵੀ ਸ਼ਾਇਦ ਉਮੜ ਕੇ ਉੱਥੇ ਪਹੁੰਚ ਜਾਣਾ ਸੀ। ਅਤੇ ਸਮਝਦੇ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਸੀਗਾ, ਕੁਛ ਆਪਣੀ ਜਗ੍ਹਾ ਦੇ ਦਿੰਦੇ ਜਾਂ ਕੋਈ, ਜਾਂ ਜੇ ਆਪਣੀ ਜਗ੍ਹਾ ਦੇ ਦਿੰਦੇ ਤਾਂ ਕੋਈ ਇਹ ਵਿਵਾਦ ਨਾ ਵੱਧਦਾ? ਇਹ ਤਾਂ ਉਸੇ ਵਕਤ ਹੀ ਚਾਹੀਦਾ ਸੀ, ਭਾਵੇਂ ਉਹ ਸ਼ਹੀਦਾਂ ਸਾਹਿਬ ਕੋਲ ਕਰਨਾ ਸੀ, ਜਿੱਥੇ ਵੀ ਕਰਨਾ ਸੀ, ਸ਼੍ਰੋਮਣੀ ਕਮੇਟੀ ਦੇ ਮੁਖੀਆਂ ਨੂੰ ਚਾਹੀਦਾ ਸੀ ਅੱਗੇ ਹੋ ਕੇ ਕਹਿੰਦੇ ਹਾਂ ਵੀ ਸਾਡਾ ਗੁਰੂ ਕਾ ਕੀਰਤਨੀਆ 'ਚ, ਅਤੇ ਅਸੀਂ ਉਹਦੇ ਵਾਸਤੇ ਜੋ ਸਾਡੇ ਕੋਲ ਹੋ ਸਕਦਾ ਅਸੀਂ ਕਰਾਂਗੇ। ਤੁਸੀਂ ਬੜਾ ਲੰਮਾ ਸਮਾਂ ਕੀਰਤਨ ਕੀਤਾ ਜੀ ਹਰਿਮੰਦਰ ਸਾਹਿਬ, ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ, ਕਿਆ ਸਮਝਦੇ ਕਿ ਹੁਣ ਉਹਨਾਂ ਦੀ ਕੋਈ ਯਾਦਗਾਰ ਬਣਾਉਣ ਦੀ ਜ਼ਰੂਰਤ ਆ? ਜੇਕਰ ਜ਼ਰੂਰਤ ਅਤੇ ਰਾਗੀ ਸਿੰਘਾਂ ਵੱਲੋਂ ਕਿਸ ਤਰ੍ਹਾਂ ਦਾ ਕੰਟਰੀਬਿਊਟ ਕੀਤਾ ਜਾਏਗਾ ਜਾਂ ਕਿਸ ਤਰ੍ਹਾਂ ਦਾ ਸਾਰਾ ਇੰਤਜ਼ਾਮ ਕੀਤਾ ਜਾਏਗਾ ਜਿੱਥੇ? ਅਸੀਂ ਤਾਂ ਗੁਰਪ੍ਰੀਤ ਸਿੰਘ ਜੀ ਇਸ ਹੱਕ 'ਚ ਆ ਵੀ ਕੋਈ ਨਾ ਕੋਈ ਸੰਸਥਾ ਬਹੁਤੀਆਂ ਨਹੀਂ ਬਣਨੀਆਂ ਚਾਹੀਦੀਆਂ, ਬਣਨੀ ਚਾਹੀਦੀ ਹੈ ਜੀ। ਅਤੇ ਉਸ ਗੁਰੂ ਕੇ ਕੀਰਤਨੀਏ ਨੇ ਚੰਗਾ ਰਾਗ ਵਿੱਦਿਆ 'ਚ ਮੁਹਾਰਤ ਹਾਸਲ ਸੀ, ਚੰਗਾ ਕੀਰਤਨੀਆ ਸੀ, ਉਹਦੀ ਯਾਦ ਵਿੱਚ ਕੋਈ ਬਣੇ ਤਾਂ ਅਸੀਂ ਉਹਦੀ ਸਪੋਰਟ ਕਰਾਂਗੇ। ਦੂਜੇ ਪਾਸੇ ਦੱਸਣਯੋਗ ਹੈ ਕਿ ਵੇਰਕੇ ਦੇ ਕੌਂਸਲਰ ਦੇ ਵੱਲੋਂ ਵੱਖਰੇ ਹੀ ਇਲਜ਼ਾਮ ਲਗਾਏ ਜਾ ਰਹੇ ਨੇ, ਜਰਾ ਉਹ ਵੀ ਸੁਣੋ। ਸੰਸਕਾਰ ਨੂੰ ਲੈ ਕੇ ਮਾਮਲਾ ਗਰਮਾਇਆ ਹੈ ਅਤੇ ਤੁਹਾਡਾ ਬਹੁਤ ਜ਼ਿਆਦਾ ਵਿਰੋਧ ਹੋਇਆ, ਕੀ ਕਹਿਣਾ ਚਾਹੋਗੇ? ਇਹ ਚਲੋ ਜੀ, ਆਪਣਾ ਵਿਰੋਧ ਦਾ ਕਾਰਨ ਜਿਹੜਾ ਵਾ ਉਹ ਅਸਲ 'ਚ ਪ੍ਰਸ਼ਾਸਨ ਕਰਕੇ ਸਾਰੀ ਇਹ ਸਾਰੀ ਪ੍ਰੋਬਲਮ ਆਈ ਆ। ਅਸਲ ਦੇ ਵਿੱਚ ਤਾਂ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਇਹ ਪ੍ਰਧਾਨ ਨੂੰ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ, ਜਦੋਂ ਭਾਈ ਸਾਹਿਬ ਦੀ ਜਦੋਂ ਉਹਨਾਂ ਦੀ ਅੰਤਮ ਜਦੋਂ ਡੈਥ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਉਹ ਪ੍ਰਸ਼ਾਸਨ ਨਾਲ ਗੱਲ ਕਰਦੇ ਵੀ ਜਿਹੜਾ ਭਾਈ ਸਾਹਿਬ ਦਾ ਸੰਸਕਾਰ ਹੈ ਉਹ ਕਿੱਥੇ ਕਰਨਾ ਵਾ, ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਬਹੁਤ ਜ਼ਿਆਦਾ ਜਗ੍ਹਾ ਜਿਹੜੀ ਆ ਲੋਕਾਂ ਨੇ ਕਬਜ਼ੇ ਕੀਤੇ ਆ, ਜਿਹੜੀਆਂ ਲੋਕਾਂ ਦੇ ਥੱਲੇ ਵਗ ਰਹੀਆਂ ਵਾ ਉਹ ਇੰਨੀ ਕਈਆਂ ਖਾਲੀ ਜਗ੍ਹਾ ਪਈਆਂ ਵਾ ਵੀ ਉੱਥੇ ਭਾਈ ਸਾਹਿਬ ਦਾ ਜਿਹੜਾ ਸੰਸਕਾਰ ਕਰ ਦਿੱਤਾ ਜਾਂਦਾ ਤਾਂ ਬਹੁਤ ਵਧੀਆ ਗੱਲ ਸੀ, ਕਿਉਂਕਿ ਭਾਈ ਸਾਹਿਬ ਨੇ ਜਿੰਨੀ ਸੇਵਾ ਗੁਰੂ ਘਰ ਦੀ ਗੁਰੂ ਮਹਾਰਾਜ ਦੇ ਘਰ ਸਾਹਿਬ ਦੀ ਕੀਤੀ ਆ ਅਤੇ ਇਸ ਤਰ੍ਹਾਂ ਜਿਹੜਾ ਵੀ ਉਹਨਾਂ ਦਾ ਆ
ਹੋਇਆ ਵਾ ਉਹ ਬਹੁਤ ਮੰਦਭਾਗੀ ਗੱਲ ਆ ਸਾਡੇ ਵਾਸਤੇ, ਸਿੱਖਾਂ ਵਾਸਤੇ, ਕਿਉਂਕਿ ਜਿਹੜੇ ਸਾਡੇ ਪੰਥਕ ਦੇ ਲੀਡਰ ਘਵਾਉਣ ਵਾਲੇ ਆ, ਜੇ ਉਹ ਨਾ ਇਹ ਗੱਲ ਨੂੰ ਸੋਚਣਗੇ ਤਾਂ ਅਸੀਂ ਤਾਂ ਇੱਕ ਛੋਟੇ ਜਿਹੇ ਪਿੰਡ 'ਚੋਂ ਪਿੰਡ ਵਾਲਿਆਂ ਦੀ ਗੱਲ ਸੀ, ਕਿਉਂਕਿ ਇਹਨਾਂ ਨੂੰ ਭਾਈ ਸਾਹਿਬ ਜਿੱਥੇ ਸੁਲਤਾਨਵਿੰਡ ਏਰੀਏ 'ਚ ਰਹਿੰਦੇ ਸੀ, ਸੁਲਤਾਨਵਿੰਡ ਏਰੀਏ ਵਾਲੇ ਉਹਨੇ ਨਾਂਹ ਕਰਤੀ ਪਹਿਲਾਂ, ਫਿਰ ਉਸ ਤੋਂ ਬਾਅਦ ਦਰਗਿਆਨਾ ਮੰਦਰ ਵਾਲਿਆਂ ਨੇ ਕਮੇਟੀ ਨੇ ਨਾਂਹ ਕਰਤੀ, ਉਸ ਤੋਂ ਬਾਅਦ ਸ਼ਹੀਦਾਂ ਸਾਹਿਬ ਨਾਂਹ ਕਰਤੀ। ਮੈਂ ਪ੍ਰਸ਼ਾਸਨ ਨੂੰ ਪੁੱਛਿਆ ਵੀ ਕੀ ਗੱਲ ਆ, ਕਹਿੰਦੇ ਜੀ ਉਹ ਕਹਿੰਦੇ ਜੀ ਉੱਥੇ ਕੀ ਨਾਂ ਲੈਂਦੇ ਆ, ਇਹ ਵੱਸੋਂ ਵਾਲਾ ਇਲਾਕਾ ਵਾ, ਇਸ ਕਰਕੇ ਇਹ ਉੱਥੇ ਸੰਸਕਾਰ ਨਹੀਂ ਕੀਤਾ ਜਾ ਸਕਦਾ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਵੀ ਇਨਸਾਨ ਰਹਿੰਦੇ, ਇੱਥੇ ਕੋਈ ਜਾਨਵਰ ਨਹੀਂ ਰਹਿ ਰਹੇ, ਅਸੀਂ ਤੁਹਾਨੂੰ ਜਗ੍ਹਾ ਪ੍ਰੋਵਾਈਡ ਕਰਾ ਰਹੇ ਹਾਂ, ਸਾਡੇ ਕੋਲ ਪੰਚਾਇਤ ਦੀ ਜਗ੍ਹਾ ਹੈਗੀ ਆ ਜਿਹੜੀ ਬਹੁਤ ਕੀਮਤੀ ਜਗ੍ਹਾ ਵਾ ਇਹ ਬਾਈਪਾਸ ਦੇ ਉੱਪਰ। ਅਤੇ ਉਹ ਜਦੋਂ ਫਿਰ ਅਸੀਂ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ, ਜਦੋਂ ਪ੍ਰਸ਼ਾਸਨ ਅਸੀਂ ਵੇਖ ਰਹੇ ਹਾਂ ਵੀ ਇਹ ਸਾਨੂੰ ਕੋਈ ਬਾਂਹ ਪੱਲਾ ਹੱਥ ਪੜਾ ਨਹੀਂ ਰਹੇ, ਅਤੇ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ, ਉਹਨਾਂ ਦੇ ਬੇਟੇ ਨੂੰ ਜਦੋਂ ਜਗ੍ਹਾ ਵਿਖਾਈ, ਉਹਨੇ ਕਿਹਾ ਵੀ ਹਾਂ ਬਹੁਤ ਵਧੀਆ ਜਗ੍ਹਾ, ਕੋਈ ਗੱਲ ਨਹੀਂ ਆ, ਮੈਨੂੰ ਕੋਈ ਇਤਰਾਜ਼ ਨਹੀਂ ਆ। ਅਤੇ ਉਹਨੇ ਨਾਲ ਹੀ ਪ੍ਰਸ਼ਾਸਨ ਨੂੰ ਕਿਹਾ ਵੀ ਹਾਂ ਮੇਰੇ ਫਾਦਰ ਦਾ ਸੰਸਕਾਰ ਇੱਥੇ ਕੀਤਾ ਜਾਵੇ, ਨਾਲੇ ਉਹ ਇਹ ਜਗ੍ਹਾ ਦਾਨ ਕਰ ਰਹੇ ਆ, ਮੇਰੇ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਆ। ਇਸ ਕਰਕੇ ਕਹਿੰਦਾ ਆ ਸਾਰਿਆਂ ਨੂੰ ਜਿਹੜੇ ਦੇਸ਼ ਵਿਦੇਸ਼ 'ਚ ਬੈਠੇ ਆ ਮੇਰੇ ਭੈਣ ਭਰਾ, ਉਹ ਇਹ ਗੱਲ ਨੂੰ ਸਮਝਣ ਅਤੇ ਇਹ ਸਵਾਲ ਜਿਹੜੇ ਸਾਨੂੰ ਕਰ ਰਹੇ ਆ ਉਹ ਸਵਾਲ ਇਹਨਾਂ ਲੀਡਰਾਂ ਨੂੰ ਕਰਨ ਜਿਹੜੇ ਪੰਥਕ ਦੇ ਆਪਣੇ ਆਪ ਨੂੰ ਪੰਥਕ ਘਵਾਉਂਦੇ ਆ, ਵੀ ਤੁਹਾਡਾ ਫਰਜ਼ ਬਣਦਾ ਸੀ ਵੀ ਜਿੰਨੀ ਉਹਨਾਂ ਨੇ ਮਹਾਨ ਜਿਹੜੀ ਉਹਨਾਂ ਦੀ ਦੇਣ ਸੀ ਪੰਥ ਨੂੰ, ਅਤੇ ਉਸ ਉਹਨਾਂ ਦਾ ਸੰਸਕਾਰ ਜ਼ਰੂਰ ਕਰਵਾਉਂਦੇ। ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ 2 ਕਰੋੜ ਦੀ ਜਿਹੜੀ ਜਗ੍ਹਾ ਉਹ ਤੁਹਾਡੇ ਵੱਲੋਂ ਦਿੱਤੀ ਗਈ, ਲੇਕਿਨ ਸਵੇਰੇ ਗਰਾਊਂਡ ਜ਼ੀਰੋ ਤੋਂ ਜਦੋਂ ਰਿਪੋਰਟ ਕੀਤੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਜਿਹੜੀ ਇਹ ਜਗ੍ਹਾ ਬਾਈ ਨੇਮ ਕਿਸੇ ਬੰਦੇ ਦੀ ਹੈ, ਕਿਉਂਕਿ ਉਹਨੂੰ ਬਾਉਂਡਰੀ ਹੋਈ ਹੋਈ ਹੈ। ਨਹੀਂ ਜੀ, ਇਹ ਅਸਲ 'ਚ ਜਗ੍ਹਾ ਜਿਹੜੀ ਆ ਨਾ, ਇਹ ਆ ਰਾਤ ਅਸੀਂ 12 ਵਜੇ ਤਹਿਸੀਲਦਾਰ ਸਾਹਿਬ ਆਏ, ਨਾਲ ਸਾਡੇ ਪਿੰਡ ਦੇ ਜਿਹੜੇ ਪਟਵਾਰੀ ਸਾਹਿਬ ਸੀ ਉਹ ਸੀ, ਨਾਲ ਪ੍ਰਧਾਨ ਅਤੇ ਨਾਲ ਪੰਚਾਇਤ ਦੇ ਸਾਰੇ ਮੈਂਬਰ ਉੱਥੇ ਇਕੱਠੇ ਸੀ। ਜਗ੍ਹਾ ਦਾ ਖਸਰਾ ਨੰਬਰ ਬਕਾਇਦਾ ਸ਼ਿਸ਼ਰੇ ਤੋਂ ਵੇਖ ਕੇ ਪਾ ਕੇ ਸਾਰਾ ਕੁਛ ਕਰਕੇ ਫਿਰ ਹੀ ਉਹ ਜਗ੍ਹਾ 'ਚ ਜਿਹੜਾ ਸੰਸਕਾਰ ਹੈ ਕੀਤਾ ਗਿਆ ਵਾ, ਕੋਈ ਇਹੋ ਜਿਹੀ ਗੱਲ ਨਹੀਂ ਆ। ਇਹ ਜਾਣ ਕੇ ਹੀ ਪ੍ਰੋਪਗੈਂਡਾ ਕਰ ਵੀ ਗੱਲ ਆ ਰਹੀ ਹੈ ਕਿ ਇੱਥੇ ਕੀਰਤਨ ਨਹੀਂ ਕੀਤਾ ਜਾਏਗਾ ਕਿ ਉਹਨਾਂ ਦੇ ਜਿਹੜੇ ਮਹਾਨ ਰਾਗੀ ਸੀ ਉਹਨਾਂ ਦੀ ਬੇਇੱਜ਼ਤੀ ਹੋਈ। ਮੈਂ ਰਾਗੀ ਸਿੰਘਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਇਹ ਤਾਂ ਹੁਣ ਤੁਸੀਂ ਵੇਖ ਲਿਆ ਵੀ ਕੀ ਹੋਇਆ ਕਰੋਨਾ ਵਾਇਰਸ ਦਾ ਕਰਕੇ ਕਿੰਨੀ ਪ੍ਰੋਬਲਮ ਆਈ, ਅਤੇ ਇਹ ਅਸਲ ਫਰਜ਼ ਬਣਦਾ ਸੀ ਆਪਣੇ ਜਿਹੜੇ ਹੈਗੇ ਸੀ ਸਾਡੇ ਪ੍ਰਧਾਨ ਆ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਜਿਹੜੇ ਅਕਾਲ ਤਖਤ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਆਪਣਾ ਵੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਭਾਈ ਸਾਹਿਬ ਦੀਆਂ ਸੇਵਾਵਾਂ ਅੱਜ ਤੁਸੀਂ ਵੀ ਸੇਵਾਵਾਂ ਕਰ ਰਹੇ ਜੇ ਉੱਥੇ ਨਿਭਾ ਰਹੇ ਜੇ, ਵੀ ਇਹ ਤਰ੍ਹਾਂ ਹੀ ਜਿਵੇਂ ਭਾਈ ਬਲਦੇਵ ਸਿੰਘ ਵਡਾਲਾ ਸੇਵਾਵਾਂ ਕਰ ਰਹੇ ਸੀ ਉਹਨਾਂ 'ਤੇ ਵੀ ਉਹਨਾਂ ਨੂੰ ਵੀ ਇਹਨਾਂ ਨੇ ਕੱਢ ਦਿੱਤਾ ਗਿਆ ਉੱਥੋਂ। ਉਹ ਤਾਂ ਚਲੋ ਗੱਲ ਹੋਰ ਸੀ ਥੋੜ੍ਹੀ ਜਿਹੀ, ਪਰ ਹੁਣ ਜਿਹੜੀ ਇਹ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ ਵੀ ਭਾਈ ਸਾਹਿਬ ਦਾ ਜਿਹੜਾ ਵਾ ਸੰਸਕਾਰ ਬੜੇ ਪਿਆਰ ਨਾਲ ਅਤੇ ਸਤਿਕਾਰ ਨਾਲ ਅਤੇ ਉਹਨਾਂ ਨੂੰ ਪੂਰੀ ਰਹਿਤ ਮਰਿਆਦਾ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਰਾਈਟ।